ਸਰਹੱਦੀ ਪਿੰਡ ਕੱਕੜ ਵਿਖੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਅਤੇ ਸਰਪੰਚ ਮੇਜਰ ਸਿੰਘ ਕੱਕੜ ਦੀ ਅਗਵਾਈ ਹੇਠ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀ ਹੋਈ। ਮੀਟਿੰਗ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਦਾ ਰਿਕਾਰਡ ਤੋਂ ਇਕੱਠ ਹੋਇਆ, ਜਿਸ ਵਿੱਚ ਉਮੀਦਵਾਰ ਗੁਰਜੀਤ ਸਿੰਘ ਔਜਲਾ, ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਪਹੁੰਚੇ। ਉਹ ਸਰਕਾਰ ਨੂੰ ਲਾਂਭੇ ਕਰਨਾ ਹੈ, ਕਿਉਂਕਿ ਅਸੀਂ ਲੋਕ ਵੀ ਉਹਦੇ ਪੀੜਤ ਆ। ਪੰਜਾਬ ਦੇ ਲੋਕ ਜਿਹੜੇ ਜੁਰਮ ਦੇ ਵਿਰੁੱਧ ਲੜਦੇ ਲੜਦੇ ਇੱਥੋਂ ਤੱਕ ਆਏ ਆ, ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਵੱਡਾ ਯੁੱਧ ਕਰਨਾ ਪਿਆ, ਅਤੇ 700 ਸਾਡੇ ਕਿਸਾਨ ਮਜ਼ਦੂਰ ਜਿਹੜੇ ਸ਼ਹੀਦ ਹੋਏ ਆ। ਉਹ ਸਰਕਾਰ ਜਿਹੜੀ ਜ਼ਿੰਮੇਵਾਰ ਹੈ ਇਹਨਾਂ ਘਟਨਾਵਾਂ ਦੀ, ਉਹਨੂੰ ਹੁਣ ਆਪਾਂ ਤਖ਼ਤ ਤੋਂ ਲਾਉਣਾ ਹੈ ਅਤੇ ਨਵੀਂ ਸਰਕਾਰ ਆਪਾਂ ਬਣਾਉਣੀ।